ਵੀ ਭਾਜੀ ਕੀ ਨਾਮ ਦਿਖਾਉਂਦਾ ਕੈਪੀਟਲ ਆਟੋ ਕੈਪਟਨ ਆਟੋ ਦੀ ਦੁਬਾਰਾ ਆਇਆ ਦਵਾ ਪਹਿਲਾਂ ਵੀ ਇੱਕ ਵੀਡੀਓ ਭਾਜੀ ਦੀ ਭਾਜੀ ਦੀ ਆਪਣੇ ਜੀ ਮਾਨ ਲੱਗਿਆ ਬੜਾ ਵਧੀਆ ਅੱਜ 100 ਖੜਾ ਭਾਜੀ ਕੋਲੇ ਸਾਰੀਆਂ ਐਕਟੀਵਾ ਨਵੇਂ ਬੁਲਟ ਖੜੇ ਆ ਇੱਕ 650 ਬੁਲਟ ਖੜਾ ਹੈ ਕਾਵਾਸਾਕੀ ਵੀ ਖੜਾ ਭਾਜੀ ਕੋਲ ਤੇ ਉਹ ਤੁਹਾਨੂੰ ਦਿਖਾਉਂਦੇ ਆ ਸਾਡੇ ਹਾਰਲੇ ਵੀ ਹੈਗਾ ਨਾ ਹਾਰਲੇ ਵੀ ਹੈਗਾ ਬੁਲਟ ਵੀ ਹੈਗੇ ਆ ਸਪਲੈਂਡਰ ਵਗੈਰਾ ਸਾਰੇ ਰੇਟ ਦੱਸਦੇ ਆ ਨਵੇਂ ਰੇਟ ਸਾਰੇ ਅਪਡੇਟ ਹੋਏ ਨੇ ਤੇ ਆ ਜਾਓ ਫਿਰ ਭਾਜੀ ਆ ਗਿਆ ਆਪਣਾ ਸੈਮ ਭਾਜੀ ਸੈਮ ਭਾਜੀ ਨੇ ਤੇ ਇਹ ਦੱਸੂਗਾ ਆਪਾਂ ਨੂੰ ਰੇਟ ਵਗੈਰਾ ਡਿਟੇਲ ਵਗੈਰਾ ਕਿੰਨੇ ਚੱਲੇ ਕਿੰਨੇ ਨਹੀਂ ਚੱਲੇ ਬਾਕੀ ਸਾਰੇ ਆ ਜਾਓ ਫਿਰ ਸ਼ੁਰੂ ਕਰਦੇ ਆ ਭਾਈ ਨਾਲ ਵੀਡੀਓ ਸੋ ਦੋਸਤੋ ਪਹਿਲਾਂ ਹੈਗਾ ਜੀ ਆਪਣੇ ਕੋਲ ਬਕਰਾਂਤ ਮੋਟਰਸਾਈਕਲ ਸੋ ਦੇਖ ਸਕਦੇ ਆ ਪੂਰਾ ਐਨ ਚਮਕਿਆ ਪਿਆ ਨੀਲੇ ਰੰਗ ਦਾ ਨਾ ਭਾਜੀ ਨੀਲੇ ਰੰਗ ਦਾ ਸੋ ਭਾਜੀ ਕਿੰਨਾ ਚੱਲੇ ਹੋਊਗਾ ਮੋਟਰਸਾਈਕਲ ਮੋਟਰਸਾਈਕਲ ਚੱਲੇ ਹੋਏ 13000 ਚੱਲੇ ਹੈ 2017 ਮਾਡਲ 2017 ਮਾਡਲ ਹੈ ਗਾਈਸ 13000 ਚੱਲਿਆ ਤੇ ਭਾਜੀ ਕੀ ਰੇਟ ਹੋਊਗਾ ਇਹਦਾ 33000 33000 ਵੀ ਹੈ ਨਵਾਂ ਕਿੰਨੇ ਕੋ ਦਾ ਹੋਊਗਾ ਕੋਈ 33000 ਦਾ ਮਿਲੂਗਾ ਨਾ ਅਗਲਾ ਹੈਗਾ ਇੰਟਰੂਡਰ ਹਨਾ ਸੋ ਗਾਈਸ ਅਗਲਾ ਦੇ ਸਕਦੇ ਆ ਇੰਟਰੂਡਰ ਨੰਬਰ ਵਗੈਰਾ ਦੇ ਸਕਦੇ ਹਾਂ ਪੂਰੀ ਇਹਦੀ ਵੀ ਲੁੱਕ ਘੈਂਟ ਆ ਇਹ ਭਾਜੀ ਕਿੰਨਾ ਚੱਲਿਆ 17 ਮਾਡਲ ਆ ਕਿੰਨਾ ਚੱਲਿਆ ਹੋਊਗਾ 10000 ਚੱਲਿਆ 10000 ਚੱਲਿਆ ਹਾਂ ਹਾਂਜੀ ਸੋ ਦੇਖ ਸਕਦੇ ਹਾਂ ਬਾਬਾ ਝੋਟੇ ਜਿਹਾ ਵਰਗਾ ਬਾਈਕ ਆ ਕਾਫੀ ਘੈਂਟ ਆ ਤੇ ਕੀ ਰੇਟ ਹੋਊਗਾ ਵੀਰੇ ਇਹਦਾ 80000 ਦਾ ਹਾਂਜੀ ਤੇ ਵੀਰੇ ਸਪਲੈਂਡਰ ਦੇ ਰੇਟ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਸਪਲੈਂਡਰ ਦੇ ਉਹੀ ਆਪਣੇ ਕੋਲ ਸ਼ੁਰੂ ਹੋ ਜਾਂਦੇ ਆ 2500 ਤੋਂ 25 ਆ ਵੀ ਜਿਹੜਾ ਪੁਰਾਣੇ ਮਾਡਲ ਦੇ ਹੁੰਦੇ ਆ 10000 ਤੋਂ ਸ਼ੁਰੂ ਹੋ ਜਾਂਦੇ ਕਿ ਹਾਂ ਜਿਹੜੇ ਪੁਰਾਣੇ ਮਾਡਲ ਨੇ 10000 ਤੋਂ ਸ਼ੁਰੂ ਹੋ ਜਾਂਦੇ 10000 ਤੋਂ ਤੇ ਐਕਟਿਵਾ ਦਾ ਵੀ ਇਹੀ ਹਿਸਾਬ ਆ ਐਕਟਿਵਾ ਦੇ ਵਿੱਚ ਹੀ ਅੱਛਾ ਤੇ ਆ KTM RC ਆ ਕਿੰਨਾ ਆ ਕਿਹੜਾ ਮਾਡਲ ਆ 200 2017 ਮਾਡਲ ਤੇ ਕੀ ਰੇਟ ਹੋਊਗਾ ਵੀਰੇ ਦਾ 125000 125000 ਕੋਈ ਦੇ ਸਕਦੇ ਇਹਦੀ ਵੀ ਕੰਡੀਸ਼ਨ KTM RC 125000 ਬੜਾ ਹੀ ਵਧੀਆ ਕੰਡੀਸ਼ਨ ਤੇ ਮਿਲਦਾ ਪਿਆ ਕਿੰਨਾ ਚੱਲੇ ਹੋਊਗਾ ਵੀਰੇ ਦੇਖ ਲੈਨੇ ਆਪਾਂ ਹੁਣੇ ਸੋ ਆ ਚੱਲਿਆ ਹੋਇਆ 82 10000 ਵੀ ਨਹੀਂ ਚੱਲਿਆ ਹੋਇਆ ਗਾਈ ਦਾ 8000 ਲਾ ਕੇ ਚੱਲੋ 8000 ਚੱਲਿਆ ਹੋਇਆ ਸੋ ਦੇਖ ਸਕਦੇ ਇਹਦੀ ਵੀ ਕੰਡੀਸ਼ਨ 1,25,000 ਦਾ ਮਿਲ ਜੂਗਾ ਤੁਹਾਨੂੰ 2017 ਮਾਡਲ ਤੇ ਅਗਲਾ ਹੈਗਾ ਆਪਣਾ ਯਾਮਾ R15 2018 ਮਾਡਲ ਦਾ ਗਾਈ ਦੇਖ ਸਕਦੇ ਹੋ ਕਿੰਨਾ ਚੱਲਿਆ ਹੋਇਆ ਵੀਰੇ 85000 ਚੱਲਿਆ ਹੋਇਆ 2,85,000 ਓਕੇ 8500 ਗਾਈ ਚੱਲਿਆ ਹੋਇਆ ਤੇ 1,00,000 ਰੁਪਏ ਦਾ ਮਿਲੂਗਾ ਤੁਹਾਨੂੰ ਦਾ ਦੇਖ ਸਕਦੇ ਇਹਦੀ ਵੀ ਕੰਡੀਸ਼ਨ ਰੇਟ ਭਾਜੀ ਹੋਰ ਘੱਟ ਵੱਧ ਕਰ ਲਉਂਗੇ ਨਾ ਸੋ ਗਾਈ ਹੁਣ ਆ ਗਈ ਆਪਣੇ ਕੋਲ ਬੁਲਟਾਂ ਦੀ ਵਾਰੀ ਬੁਲਟ ਦੇਖ ਸਕਦੇ ਪੂਰੀ ਵਧੀਆ ਕੰਡੀਸ਼ਨ ਹੈ ਨਵੇਂ ਪਏ ਨੇ ਭਾਜੀ ਕਿੰਨਾ ਮਾਡਲ ਆ 19 ਮਾਡਲ 19 ਮਾਡਲ ਦਾ ਦੇਖ ਸਕਦੇ ਪੂਰੀ ਐਨ ਟੌਪ ਦੀ ਕੰਡੀਸ਼ਨ ਆ ਕਿੰਨਾ ਚੱਲਿਆ ਭਾਜੀ 6500 ਚੱਲਿਆ ਜਾਂ 6500 ਚੱਲਿਆ ਗਾਈ ਬਹੁਤ ਘੱਟ ਚੱਲਿਆ ਹੋਇਆ ਤੇ ਭਾਜੀ ਕੀ ਰੇਟ ਹੋਊਗਾ ਜੀ 135 ਦਾ ਬੁਲਟ ਮਿਲ ਜੂਗਾ ਤੁਹਾਨੂੰ ਬਹੁਤ ਵਧੀਆ ਘੱਟ ਹੋਰ ਘੱਟ ਕਰ ਲਓਗੇ ਨਾ ਭਾਜੀ ਰੇਟ ਮੌਕੇ ਤੇ ਮਾੜਾ ਹਾਂ ਮੌਕੇ ਤੇ ਹੋ ਜੂਗਾ ਘੱਟ ਰਹੀ ਗਾਈ ਰੇਟ ਇੱਕ ਵਾਰੀ ਆਓ ਵਿਜ਼ਿਟ ਕਰੋ ਦੁਕਾਨ ਬਹੁਤ ਘੈਂਟ ਆ ਅੱਗੇ ਤੁਹਾਨੂੰ ਹੋਰ ਵੀ ਵਧੀਆ ਵਧੀਆ ਤਕੜੇ ਮੋਟਰਸਾਈਕਲ ਦਿਖਾਉਂਦੇ ਆ ਅੱਗੇ ਹੈਗਾ ਆਪਣੇ ਕੋਲ ਸਿਲਵਰ ਕਲਰ ਦਾ ਬੁਲਟ 18 ਮਾਡਲ ਹੈ ਕੋਈ ਦੇ ਸਕਦੇ ਇਹਦੀ ਵੀ ਕੰਡੀਸ਼ਨ ਪੂਰੀ ਐਨ ਘੈਂਟ ਚੀਜ਼ ਆ ਵੀ ਕਿੰਨਾ ਚੱਲਿਆ ਭਾਜੀ ਆ ਇਹ 19000 ਚੱਲਿਆ 19000 ਹੈ ਤੇ ਭਾਜੀ ਕੀ ਰੇਟ ਹੋਊਗਾ ਇਹਦਾ ਵੀ 125 ਦਾ ਦੋਨੇ ਸੇਮ ਹੀ ਨੇ ਹੈ ਰੇਟ ਉਹਦੇ ਥੋੜਾ ਵੱਡਾ ਮਾਡਲ ਦਾ ਤਾਂ ਕਰਕੇ ਤੇ ਅਗਲਾ ਫੌਜੀਆਂ ਦਾ ਬੁਲਟ ਹੈ ਵੀ ਦੇ ਸਕਦੇ ਤੁਸੀਂ ਰੰਗ ਇਹਦਾ 13 ਮਾਡਲ ਦਾ 1,00,000 ਅੱਛਾ 2013 ਮਾਡਲ ਦਾ 1,00,000 ਦਾ 500cc ਅੱਛਾ ਕਿੰਨਾ ਚੱਲਿਆ ਹੋਇਆ ਭਾਜੀ ਇਹ 8500 ਚੱਲਿਆ ਜਾਂ 500cc ਹੈ ਗਾਈਸ 8500 ਚੱਲਿਆ ਹੋਇਆ ਵੀ ਦੇ ਸਕਦੇ ਹੋ ਮੀਟਰ ਵਗੈਰਾ ਇਹਦਾ 1,00,000 ਰੁਪਏ ਦਾ ਭਾਜੀ 1,00,000 ਦਾ ਬੂਗਾ ਤੁਹਾਨੂੰ ਆ 500cc 1,00,000 ਦਾ ਬਹੁਤ ਵਧੀਆ ਰੇਟ ਤੇ ਮਿਲ ਰਿਹਾ ਗਾਈਸ ਚੱਕੋ ਜਲਦੀ ਆ ਜਾਓ ਤੇ ਅਗਲਾ ਹੈਗਾ ਆਪਣੇ ਕੋਲੇ ਕਿੰਨਾ ਮਾਡਲ ਦਾ ਭਾਜੀ 2014 ਮਾਡਲ 2014 ਮਾਡਲ ਆ 350 350 ਹੈਗਾ ਕਿੰਨਾ ਚੱਲਿਆ ਹੋਇਆ ਭਾਜੀ 15000 15000 ਗਾਈ ਮੀਟਰ ਦੇ ਸਕਦੇ ਚੱਲਿਆ ਹੋਇਆ ਤੇ ਕੀ ਰੇਟ ਹੋਊਗਾ ਭਾਜੀ ਦਾ ਇਹਦਾ ਵੀ 70000 ਕਿੰਨੇ ਤੋਂ ਸਟਾਰਟ ਕਿੰਨੇ ਤੋਂ ਹੋ ਜਾਂਦੇ ਵੀਰੇ ਬੁਲਟ ਬੁਲਟ ਕਿਤੇ 40000 ਤੋਂ ਸਟਾਰਟ 40000 ਤੋਂ ਸ਼ੁਰੂ ਹੋ ਜਾਂਦੇ ਆ ਕੋਈ 40000 ਤੋਂ ਪੁੱਠੇ ਗੇਰਾ ਵਾਲਾ ਹੋਊਗਾ ਵੀ ਕੋਈ ਪੁੱਠੇ ਗੇਰਾ ਵਾਲਾ ਹੀ ਚੱਲ ਅੱਛਾ ਹੈਗੇ ਪੁੱਠੇ ਗੇਰਾ ਵਾਲਾ ਵੀ ਤੁਹਾਨੂੰ ਪੁੱਠੇ ਗੇਰਾ ਵਾਲਾ ਹੀ ਦਿਖਾਉਂਦੇ ਆ ਸੋ ਆ ਵਾਲੀ ਕਿੰਨਾ ਮਾਡਲ ਆ 500cc ਆ ਮੇਰੇ 2014 ਦਾ 2014 ਮਾਡਲ 500cc ਇਹਦੀ ਕੰਡੀਸ਼ਨ ਦੇ ਸਕਦੇ ਹੋ ਗਾਈਸ 80000 ਦਾ ਮਿਲ ਜੂਗਾ ਤੁਹਾਨੂੰ ਵੀ ਤੁਹਾਡੀ ਬਹੁਤ ਡਿਮਾਂਡ ਆਉਂਦੀ ਜੀ ਭਾਈ ਹੁਣ ਮੋਟਰਸਾਈਕਲ ਦੀ ਵੀਡੀਓ ਲੈ ਕੇ ਆ ਮੋਟਰਸਾਈਕਲ ਦੀ ਵੀਡੀਓ ਲੈ ਕੇ ਆ ਗਏ ਆ 2011 ਮਾਡਲ ਅੱਛਾ 2011 ਮਾਡਲ ਦਾ ਗਾਈ ਦੇ ਸਕਦੇ ਹੋ ਤੇ ਇਹ ਭਾਜੀ ਕਿੰਨਾ ਚੱਲਿਆ ਹੋਇਆ 2011 ਮਾਡਲ ਇਹ ਜੈਨੂਇਨ ਚੱਲਿਆ 2017 ਅੱਛਾ 17000 ਚੱਲਿਆ ਹੈ 2011 ਮਾਡਲ ਤੇ ਇਹ ਬੁਲਟ ਥੋੜੇ ਘੱਟ ਹੀ ਚੱਲੇ ਹੁੰਦੇ ਆ ਕਿਉਂਕਿ ਆਪਾਂ ਘੱਟ ਹੀ ਸ਼ੌਂਕੀ ਤੌਰ ਤੇ ਹੁੰਦੇ ਓਕੇ ਓਕੇ ਘੱਟ ਹੀ ਚੱਲੇ ਹੁਣ ਤੁਹਾਨੂੰ ਅੱਗੇ ਵੱਡਾ ਮੋਟਰਸਾਈਕਲ ਆਉਂਦਾ ਝੋਟਾ ਤੇ ਆਹ ਸਰ ਦੇ ਸਕਦੇ ਜੀ ਹਾਰਲੇ ਡੇਵਿਡਸਨ ਆ 750 ਸਟਰੀਟ ਆ ਨਾ ਭਾਜੀ ਆ ਸੋ ਇਹ ਦੇ ਸਕਦੇ ਇਹਦਾ ਰੇਟ
ਕਿੰਨਾ ਮਾਡਲ ਆ ਭਾਜੀ ਆ 2018 ਮਾਡਲ 2018 ਮਾਡਲ ਆ ਉਹ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਜੀ 2017 ਮਾਡਲ ਆ 17 ਮਾਡਲ ਕਿੰਨੇ ਕਿਲੋਮੀਟਰ ਕਿੰਨੇ ਚੱਲੇ ਹੋਗਾ ਭਾਜੀ ਦਾ ਦੇਖ ਲੈਂਦੇ ਆਪਾਂ ਹੁਣੇ ਇਹ ਚੱਲਿਆ ਭਾਜੀ ਕਿਲੋਮੀਟਰ 27,000 ਦੇ ਕੁਛ ਚੱਲਿਆ ਹੋਇਆ 27,000 ਕੁਛ ਚੱਲਿਆ ਹੋਇਆ ਬਾਕੀ ਹੁਣ ਫਿਰ ਆਪਣੇ ਕੋਲ ਬੁਲਟ ਆ ਗਏ ਨੇ ਸੋ ਭਾਜੀ ਆਹ ਬੁਲਟ ਕਿੰਨਾ ਮਾਡਲ ਆ 16 ਮਾਡਲ 16 ਮਾਡਲ ਦਾ ਕਾਈ ਦੇਖ ਸਕਦੇ ਹੋ ਚੱਲਿਆ ਹੋਇਆ ਅਭੀ 8,000 ਦੇ ਨੇੜੇ ਤੇੜੇ ਚੱਲਿਆ ਹੋਇਆ 7,500 ਦੇ 1,00,000 ਵੀ ਮੌਕੇ ਦੇ ਹੋਜੂਗਾ ਇਹਦਾ 1,00,000 ਰੁਪਏ ਰੇਟ ਆ ਅਤੇ ਭਾਜੀ ਅਗਲਾ ਬੁਲਟ ਦੱਸੋ ਜੀ ਅਗਲਾ ਭਾਜੀ ਦੱਸੋ 2018 ਮਾਡਲ ਠੀਕ ਆ ਅਤੇ ਇਹ ਭਾਜੀ ਕਿੰਨਾ ਮਾਡਲ ਆ ਉਹ ਸੋਰੀ ਕਿੰਨਾ ਚੱਲਿਆ ਹੋਇਆ 15,000 ਅਤੇ ਕੀ ਰੇਟ ਹੋ ਗਿਆ ਭਾਜੀ ਦਾ ਭਾਜੀ 1,35,000 ਦਾ ਅਤੇ ਪੁੱਠੇ ਗੇਰਾਂ ਵਾਲਾ ਭਾਜੀ ਕੋਈ ਹੋਊਗਾ 4,000 ਹੈ ਅਤੇ ਇਲੈਕਟਰ ਹੈਗਾ ਪੁੱਠੇ ਗੇਰਾਂ ਵਾਲਾ ਭਾਜੀ ਇਹ ਕਿੰਨਾ ਮਾਡਲ ਆ 2008 ਅਤੇ ਮਤਲਬ ਕਿ ਕਿੰਨਾ ਕਿੰਨਾ ਚੱਲਿਆ 29,000 ਚੱਲਿਆ 65,000 ਦਾ ਮਿਲੂਗਾ ਓਕੇ ਸੋ ਭਾਜੀ ਅਗਲਾ ਹੈਗਾ ਆਪਣੇ ਕੋਲ ਐਫਸੈਟ ਹੈ ਨਾ ਭਾਜੀ ਐਫਸੈਟ ਵਰਜ਼ਨ 2016 ਮਾਡਲ ਦਾ ਕਿੰਨੇ ਕਿਲੋਮੀਟਰ ਚੱਲਿਆ ਭਾਜੀ ਆ 8,500 ਚੱਲਿਆ ਹੋਊਗਾ ਹੈਡ ਥਰ ਡਾਊਨ ਆ ਬਾਈ ਉਹਦੇ ਪਤਾ ਕਿੰਨੇ ਕੀ ਰੇਟ ਹੋਊਗਾ ਵੀਰੇ ਦਾ 45,000 ਦਾ ਅਤੇ ਵੀਰੇ ਆਪਣਾ ਇੰਸ਼ੋਰੈਂਸ ਵਗੈਰਾ ਹੁੰਦੀ ਹੈ ਜ਼ਿਆਦਾਤਰ ਮੋਟਰਸਾਈਕਲ ਇੰਸ਼ੋਰੈਂਸ ਵਗੈਰਾ ਵੀਰੇ ਘੱਟ ਵੱਧ ਹੀ ਹੁੰਦੀਆਂ ਅੱਛਾ ਬਾਕੀ ਕਈ ਵਾਰੀ ਕਸਟਮਰ ਦੇ ਉੱਤੇ ਅਰੇਂਜ ਕਰਾ ਦਿੰਦੇ ਹੋ ਅਤੇ EMI ਵਗੈਰਾ ਹੋ ਜੂਗੀ ਮੋਟਰਸਾਈਕਲ ਸਭ ਕੁਛ ਹੋ ਜੂਗਾ ਓਕੇ EMI ਵਗੈਰਾ ਹੋ ਜੂਗਾ ਅਤੇ ਭਾਅ ਜੀ ਆਹ ਵੀ ਦੱਸੋ ਸਾਨੂੰ ਇਹਦਾ ਵੀ ਐਫਸੈਟ ਦਾ 2018 ਮਾਡਲ ਦਾ ਅਤੇ ਇਹ ਕਿੰਨੇ ਕਿਲੋਮੀਟਰ ਚੱਲੇ ਹੋਊਗਾ ਭਾਅ ਜੀ ਇਹਦੀ ਕੰਡੀਸ਼ਨ ਦੇ ਸਕਦੇ ਹੋ ਭਾਅ ਜੀ 9,000 ਦਾ ਹੀ ਚੱਲਿਆ ਕੀ ਰੇਟ ਹੋਊਗਾ ਵੀਰੇ ਦਾ 75,000 ਦਾ ਗਾਈ ਜਿਹਦਾ ਰੇਟ ਹੋਊਗਾ ਹਾਂਜੀ ਮੌਕੇ 'ਤੇ ਬਾਕੀ ਘੱਟ ਵੱਧ ਹੋਊਗਾ ਰੇਟ 75,000 ਸਵਾਈ ਦਾ ਹੁਣ ਹੈਗੀਆਂ ਆਪਣੇ ਕੋਲ ਐਕਟਿਵਾ 2018 ਮਾਡਲ ਕਿੰਨੀ ਚੱਲੀ ਹੋਈ ਭਾਅ ਜੀ ਆ 5G ਹੈਗੀ ਆ 7,000 ਚੱਲੀ ਆ ਅਤੇ ਭਾਅ ਜੀ ਕੀ ਰੇਟ ਹੋਊਗਾ ਇਹਦਾ 50,000 ਦੀ ਗਾਈ ਮਿਲ ਜੂਗੀ ਤੁਹਾਨੂੰ ਇਹਦੀ ਭਾਅ ਜੀ ਇੰਸ਼ੋਰੈਂਸ ਵਗੈਰਾ ਹੁੰਦੀ ਆ 5 ਸਾਲ ਦੀ ਇੰਸ਼ੋਰੈਂਸ ਅਤੇ ਨਾਲ ਦੀ ਭਾਅ ਜੀ 14,000 ਓਕੇ 2014 ਮਾਡਲ 9,000 ਚੱਲੀ ਹੋਈ ਆ 30,000 ਦੀ ਕੋਈ ਦੇ ਸਕਦੇ ਇਹਦੀ ਗੱਡੀ 15 ਮਾਡਲ ਅੱਛਾ ਇਹ 15 ਮਾਡਲ ਆ ਕੋਈ ਇਹਦੀ ਕੰਡੀਸ਼ਨ ਦੇ ਸਕਦੇ ਹੋ ਅਤੇ ਭਾਅ ਜੀ ਕਿੰਨੇ ਕਿਲੋਮੀਟਰ ਚੱਲੀ ਆ ਇਹ 8,000 ਚੱਲੀ ਕੀ ਰੇਟ ਹੋਊਗਾ ਭਾਅ ਜੀ ਦਾ 8,000 ਚੱਲੀ 35,000 ਦੀ 35,000 ਦੀ ਮਿਲੂਗੀ ਤੁਹਾਨੂੰ ਅਗਲਾ ਹੈਗਾ ਆਪਣੇ ਕੋਲ ਡਿਸਕਵਰ ਡਿਸਕਵਰ ਦਾ ਭਾਅ ਜੀ ਕਿੰਨਾ ਮਾਡਲ ਆ 10,000 ਤੋਂ ਕੁਛ ਜ਼ਿਆਦਾ ਚੱਲਿਆ 33,000 ਚੱਲਿਆ 33,000 ਦਾ ਅਤੇ ਨਾਲ ਸਪਲੈਂਡਰ ਹੈ ਭਾਅ ਜੀ ਆਈ ਸਮਾਰਟ ਅਤੇ ਕੀ ਰੇਟ ਹੋਊਗਾ ਇਹਦਾ ਆਈ ਸਮਾਰਟ ਸਪਲੈਂਡਰ 2017 ਮਾਡਲ ਦਾ 32,000 2017 ਮਾਡਲ 32,000 ਦਾ ਓਕੇ ਸੋ ਇਹ ਚਲਾ ਤੋਂ ਨਾਲ ਲੈਂਦੇ ਹਾਂ 62,000 ਚੱਲਿਆ ਸਵਾਈ ਦਾ ਹੁਣ ਆਪਣੇ ਕੋਲ ਵੱਡੇ ਆ ਗਏ ਨੇ ਭਾਅ ਜੀ ਇਹ ਦੱਸੋ ਮਾੜਾ ਜਿਹਾ ਇਹਨਾਂ ਦਾ ਵੀ ਕੀ ਹਿਸਾਬ ਆ 650 ਦੀ ਆ ਅਤੇ ਕਿੰਨਾ ਚੱਲਿਆ ਹੋਇਆ ਦੇਖ ਲੈਂਦੇ ਤੁਹਾਨੂੰ 3,000 ਚੱਲਿਆ 4,000 ਚੱਲਿਆ ਹੈਗਾ ਜੀ ਅਤੇ ਭਾਅ ਜੀ ਕੀ ਰੇਟ ਹੋਊਗਾ ਇਹਦਾ 3,00,000 3,00,000 ਰੁਪਇਆ ਹਾਂਜੀ ਅਤੇ ਆਪਣਾ ਇਹ 270 ਦਾ ਦੀਦੀ 270 ਦੇ ਨੇੜੇ ਹੋਊਗਾ ਉਹ 3,00,000 ਅੱਛਾ ਅਤੇ ਭਾਅ ਜੀ ਇਹ ਕਿੰਨਾ ਮਾਡਲ ਆ ਇਹ 2018 ਮਾਡਲ ਦੇ ਨਾਲ ਦਾ ਕਿੰਨਾ ਮਾਡਲ ਆ 2014 ਮਾਡਲ ਦੇ ਆ ਇਹ ਕਿੰਨਾ ਕਿਲੋਮੀਟਰ ਚੱਲਿਆ ਹੋਇਆ ਇਹ ਕਾਵਾਸਾਕੀ ਦਾ ਕਹੀ 59 650 ਇਹ 10 ਨਹੀਂ ਲਿਖਿਆ ਨਹੀਂ ਹੋਇਆ ਇਹ ਕਿੰਨਾ ਚੱਲੇ ਹੋਗਾ 23,000 ਦੇ ਨੇੜੇ ਚੱਲੇ ਹੋਗਾ ਇਹਦਾ ਅਤੇ ਭਾਅ ਜੀ ਕੀ ਰੇਟ ਹੋਊ ਇਹਦਾ 3,00,000 ਰੁਪਏ ਭਾਅ ਜੀ ਠੀਕ ਹੈ
ਦੁਬਈ ਦਾ 3 ਲੱਖ ਘੱਟੋ ਘੱਟ ਹੋ ਜੂਗਾ ਨਾ ਭਾਜੀ ਰੇਟ ਦੁਬਈ ਘੱਟੋ ਘੱਟ ਹੋ ਜੂਗਾ ਰੇਟ ਆਪਣਾ ਦੁਬਈ ਦਾ ਹੈਗਾ ਆਪਣੇ ਕੋਲ ਨਵਾਂ ਯਾਮਾ ਕਿੰਨਾ 2015 ਕਿੰਨੇ ਕਿਲੋਮੀਟਰ ਚੱਲੇ ਹੋ 10,000 ਦੁਬਈ ਦੀ ਕੰਡੀਸ਼ਨ ਦੇ ਸਕਦੇ ਹੋ ਅਤੇ ਕੀ ਰੇਟ ਹੋਊਗਾ ਮੇਰੇ ਦਾ 55,000 ਦੁਬਈ ਦੀ ਕੰਡੀਸ਼ਨ ਦੇ ਸਕਦੇ ਹੋ ਸੋ ਭਾਜੀ ਅਗਲਾ 2012 ਮਾਡਲ ਅਤੇ ਭਾਜੀ ਕਿੰਨਾ ਚੱਲੇ ਹੋਊਗਾ 13,000 ਚੱਲੇ ਹੋਊਗਾ ਜੀ ਅਤੇ ਕੀ ਰੇਟ ਹੋਊਗਾ ਇਹਦਾ ਭਾਜੀ 40,000 ਕੋਈ 40,000 ਇਹਦਾ ਰੇਟ ਹੋਊਗਾ ਅਗਲਾ ਹੈਗਾ ਆਪਣੇ ਕੋਲ 25 ਹੈ ਨਾ ਭਾਜੀ ਇਹ ਕਿੰਨਾ 200 ਆ 200 ਤੋ ਕੀ ਰੇਟ ਹੋਊਗਾ 2018 ਮਾਡਲ ਅਤੇ ਕਿੰਨੇ ਕਿਲੋਮੀਟਰ ਹੋਊਗਾ 70,000 5,900 ਕੀ ਰੇਟ ਹੋਊਗਾ ਇਹਦਾ 75,000 ਦਾ ਕਹੀ ਇਹਦਾ ਰੇਟ ਹੋਊਗਾ ਤੋ ਅਗਲਾ ਫਿਰ ਆਪਣੇ ਕੋਲ R15 ਆ ਵਰਜ਼ਨ 2 2012 ਓਕੇ ਸੋ ਇਹ ਭਾਜੀ ਕਿੰਨਾ ਚੱਲਿਆ ਹੋਊਗਾ ਅਤੇ ਰੇਟ ਭਾਜੀ ਦਾ 50,000 ਇਹ ਵੀ ਕਹੀ ਘੱਟੋ ਘੱਟ ਹੋ ਜੂਗੀ ਰੇਟ ਅਤੇ ਅਗਲਾ ਆਪਣਾ CBR 250 ਭਾਜੀ 150 ਇਹ ਫੇਜ਼ਰ 250 ਨਿਊ ਮਾਡਲ 2018 ਮਾਡਲ ਆ ਕੇ ਦੇ ਸਕਦੇ ਹੋ ਓਕੇ ਭਾਜੀ ਕੀ ਰੇਟ ਹੋਊਗਾ ਕਿੰਨੇ ਕਿਲੋਮੀਟਰ ਚੱਲੇ ਹੋ 8071 ਠੀਕ ਹੈ ਠੀਕ ਹੈ